ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਆਪਾਂ ਗੱਲ ਕਰਾਂਗੇ ਟੂਰਿਸਟ ਵੀਜ਼ਾ ਅਪਡੇਟਸ ਦੇ ਬਾਰੇ। ਫਸਟ, ਕੈਨੇਡਾ ਟੂਰਿਸਟ ਵੀਜ਼ਾ ਟ੍ਰੈਂਡ ਮੈਂ ਦੱਸਣਾ ਚਾਹੂੰਗਾ ਦੋਸਤੋ, ਇਟਸ ਅਮੇਜ਼ਿੰਗ, ਬਹੁਤ ਅੱਛਾ ਰਿਜ਼ਲਟ ਆ ਰਿਹਾ ਹੈ। ਆਲਮੋਸਟ 80% ਸਕਸੈਸ ਰੇਟ ਇਜ਼ ਗੋਇੰਗ ਔਨ। ਰਿਜੈਕਸ਼ਨਸ ਹੈ ਨੋ ਡਾਊਟ, ਬਟ ਰਿਜੈਕਸ਼ਨ ਸਿਸਟਮ ਘੱਟ ਹੈ ਕਾਫੀ। ਜਿਹੜਾ ਲੋਕਾਂ ਨੇ ਵੀਜ਼ਾ ਅਪਲਾਈ ਕਰਨਾ, ਚਾਹੇ ਸਿੰਗਲ ਹੈ, ਏਜ ਘੱਟ ਹੈ, ਫਰੈਸ਼ ਪਾਸਪੋਰਟ ਹੈ, ਨੋ ਇਸ਼ੂਜ਼, ਬਿਕੋਜ਼ ਸਿੰਗਲ ਪ੍ਰੋਫਾਈਲ 'ਤੇ ਵੀਜ਼ਾ ਵੀ ਆ ਗਏ ਨੇ, ਬਿਨਾਂ ਟਰੈਵਲ ਹਿਸਟਰੀ ਦੇ ਵੀਜ਼ਾ ਆ ਗਏ ਨੇ। ਔਰ ਫੰਡਸ ਦੀ ਗੱਲ ਕਰਾਂ, ਸਿਰਫ 5 ਲੱਖ ਦੋਸਤੋ ਫੰਡ ਚਾਹੀਦਾ ਹੁੰਦਾ ਹੈ ਮਿਨੀਮਮ। ਕਿਆ ਕਹਿ ਰਿਹਾ, ਅਗਰ 5 ਤੋਂ ਜ਼ਿਆਦਾ ਹੈਗਾ ਦੈਨ ਇਟਸ ਵੈਰੀ ਗੁੱਡ। ਸੋ ਯੈਸ, ਯੂ ਕੈਨ ਅਪਲਾਈ ਕੈਨੇਡਾ ਟੂਰਿਸਟ ਵੀਜ਼ਾ, ਤੁਸੀਂ ਸਾਨੂੰ ਅਪਰੋਚ ਕਰ ਸਕਦੇ। ਸੈਕਿੰਡ, ਸ਼ੈਨੇਗਨ ਟੂਰਿਸਟ ਵੀਜ਼ਾ ਦੋਸਤੋ, ਵਿਚ ਇਜ਼ ਆਲਸੋ ਗੋਇੰਗ ਰੀਅਲੀ ਗੁੱਡ, ਲੇਕਿਨ ਰਿਫਿਊਜ਼ਲ ਰੇਟ ਇੱਥੇ ਹਾਲੇ ਵੀ ਰਹੇਗਾ। ਬਟ ਮੈਂ ਇੱਕ ਲਾਸਟ ਵੀਡੀਓ ਵਿੱਚ ਦੱਸ ਚੁੱਕਾ ਹੋਇਆ ਕਿ ਆਲਮੋਸਟ 5-6 ਕੰਟਰੀ ਇਹੋ ਜਿਹੇ ਹੈ ਜਿਹਨਾਂ ਦਾ ਸਕਸੈਸ ਰੇਟ ਬਹੁਤ ਅੱਛਾ ਜਾ ਰਿਹਾ ਹੈ। ਸੋ ਕਾਈਂਡਲੀ ਉਹ ਵੀਡੀਓ ਮੇਰੀ ਤੁਸੀਂ ਵਾਚ ਕਰ ਸਕਦੇ ਹੋ। ਬਟ ਰਾਈਟ ਨਾਓ ਅਪੁਆਇੰਟਮੈਂਟਸ ਬਹੁਤ ਜਲਦੀ ਦੋਸਤੋ ਬੁੱਕ ਹੋ ਰਹੀਆਂ ਨੇ, ਕੰਟੈਕਟ ਕਰੋ ਤਾਂ ਕਿ ਆਪਾਂ ਤੁਹਾਡੀ ਅਪੁਆਇੰਟਮੈਂਟ ਪਿੱਕ ਕਰ ਸਕੀਏ। ਔਰ ਸ਼ੈਨੇਗਨ ਲਈ ਮੈਂ ਇੱਕ ਸਰਪ੍ਰਾਈਜ਼ਿੰਗਲੀ ਗੱਲ ਦੱਸਦਾਂ, ਸੋ ਅਗਰ ਤੁਹਾਡਾ ਬੈਂਕ ਬੈਲੈਂਸ 3 ਲੱਖ ਹੈ, ਤੁਸੀਂ ਈਜ਼ੀਲੀ ਆਪਣਾ ਸ਼ੈਨੇਗਨ ਟੂਰਿਸਟ ਵੀਜ਼ਾ ਅਪਲਾਈ ਕਰ ਸਕਦੇ ਹੋ। ਥਰਡ, UK ਟੂਰਿਸਟ ਵੀਜ਼ਾ, ਅਗਰ ਤੁਹਾਡੀ ਬੈਂਕ ਸਟੇਟਮੈਂਟ ਪ੍ਰੋਪਰਲੀ ਵੈਲ ਮੇਨਟੇਨਡ ਹੈ, then only apply your UK tourist visa, otherwise plan drop karo. agar bank statement tonu nahi pata kidda maintain karni ki oda calculations hagiyan, kindly sanu tusi contact kar sakde. Fourth, Australia tourist visa and New Zealand tourist visa, dono country filhal di kedi dosto na apply karo. je bahut urgency hai ta apply karo, sponsor case hai apply karo, zaruri jana hai apply karo, otherwise halle kuch time de ruk jao, rejection rate is high. last, USA ਟੂਰਿਸਟ ਵੀਜ਼ਾ ਦੋਸਤੋ, ਫਿਲਹਾਲ ਦੀ ਕੜੀ ਅਸੀਂ ਹਲੇ ਇਹਨੂੰ ਡੀਲ ਨਹੀਂ ਕਰ ਰਹੇ। ਵਾਈ? ਬਿਕੋਜ਼ ਅਪੁਆਇੰਟਮੈਂਟਸ ਨਹੀਂ ਮਿਲ ਰਹੀਆਂ, ਅਪੁਆਇੰਟਮੈਂਟਸ ਬਹੁਤ ਦੂਰ ਦੀਆਂ ਮਿਲ ਰਹੀਆਂ ਨੇ, ਮਾਰਚ ਔਰ ਅਪ੍ਰੈਲ 2025 ਦੀਆਂ, ਦੈਟਸ ਵਾਈ ਅਸੀਂ ਇਹਨੂੰ ਹਲੇ ਡੀਲ ਨਹੀਂ ਕਰ ਰਹੇ। ਬਟ ਹਾਂ, ਜਿਹੜਾ ਲੋਕਾਂ ਨੇ ਆਪਣਾ ਵੀਜ਼ਾ ਅਪਲਾਈ ਕਰਨਾ ਹੈ USA ਦਾ, ਯੈਸ, ਯੂ ਕੈਨ ਅਪਲਾਈ, DS-160 ਫਾਰਮ ਹੈ, ਔਨਲਾਈਨ ਜਾ ਕੇ ਫਿਲ ਕਰੋ, ਅਪੁਆਇੰਟਮੈਂਟ ਪਿੱਕ ਕਰੋ। ਅਪੁਆਇੰਟਮੈਂਟ ਵਾਸਤੇ ਕੋਈ ਵੀਡੀਓ ਚਾਹੀਦੀ ਆ ਤਾਂ ਕਾਈਂਡਲੀ ਮੇਰਾ ਇੰਸਟਾਗ੍ਰਾਮ ਚੈਨਲ ਤੁਸੀਂ ਫੋਲੋ ਕਰ ਸਕਦੇ ਹੋ, ਉੱਤੇ ਪ੍ਰੋਪਰ ਵੀਡੀਓ ਮੈਂ ਪਾਈਆਂ ਹੋਈਆਂ। ਇਹੋ ਜਿਹੀਆਂ ਹੋਰ ਅਪਡੇਟਸ ਲਈ ਦੋਸਤੋ ਕਾਈਂਡਲੀ ਸਬਸਕ੍ਰਾਈਬ ਕਰ ਲਓ ਆਪਣਾ YouTube ਚੈਨਲ ਵੀਜ਼ਾ।